ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੈਪਿੰਗ ਸਟੋਨ ਪੰਜਾਬੀ ਰੀਡਰ 6 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਰਸ਼ਿੰਦਰ ਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 16 ਲੈ ਕੇ ਹਾਜ਼ਰ ਹਾਂ। ਚਲੋ ਸਿੱਖੀਏ ਨਵਾਂ ਪਾਠ। ਸਾਡਾ ਅੱਜ ਦਾ ਪਾਠ ਹੈ ਪੰਜਾਬ ਦੇ ਦਰਿਆ। ਪੰਜਾਬ ਤੁਹਾਨੂੰ ਪਤਾ ਸਾਡੇ ਸੂਬੇ ਦਾ ਨਾਂ ਹੈ, ਸਾਡੀ ਸਟੇਟ ਦਾ ਨਾਂ ਹੈ। ਪੰਜ ਆਬ ਪੰਜ ਪਾਣੀ, ਪੰਜਾਬ ਦਾ ਨਾਂ ਪੰਜਾਂ ਪਾਣੀਆਂ ਤੋਂ ਬਣਿਆ। ਅਤੇ ਪੰਜਾਬ ਦੇ ਦਰਿਆ, ਦਰਿਆ ਇਜ਼ ਰਿਵਰ, ਨਾ 5 ਰਿਵਰਸ ਔਫ ਪੰਜਾਬ। ਅੱਜ ਅਸੀਂ ਉਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਹਮੇਸ਼ਾ ਅਸੀਂ ਜਿਹੜੇ ਡਿਫੀਕਲਟ ਵਰਡਸ ਹੁੰਦੇ ਆ ਇਸ ਪਾਠ ਦੇ ਵਿੱਚ ਆਉਣੇ, ਉਹਨਾਂ ਬਾਰੇ ਅਸੀਂ ਪੜ੍ਹਦੇ ਹਾਂ, ਉਹਨਾਂ ਦੀ ਡੈਫੀਨੇਸ਼ਨ ਸਿੱਖਦੇ ਹਾਂ, ਅਤੇ ਤਾਂ ਜੋ ਸਾਨੂੰ ਪਾਠ ਸਿੱਖਣਾ ਸੌਖਾ ਹੋ ਜਾਵੇ। ਸੋ ਇਹਨਾਂ ਸ਼ਬਦਾਂ ਦੇ ਮਤਲਬ ਸਿੱਖੋ। ਅਤੇ ਪਹਿਲਾ ਸ਼ਬਦ ਹੈ ਧਰਤੀ, ਇਸ ਅਰਥ, ਉੱਤਰ ਦਿਸ਼ਾ, ਨੌਰਥ ਡਾਇਰੈਕਸ਼ਨ, ਸਿਰਫ ਓਨਲੀ, ਵੰਡਿਆ ਗਿਆ, ਵਾਸ ਡਿਵਾਈਡਡ, ਉਪਜਾਊ, ਫਰਟਾਈਲ, ਫਸਲਾਂ, ਕ੍ਰੋਪਸ, ਉੱਗਦੀਆਂ ਔਰ ਉਗਾਉਂਦੇ, ਇਟ ਉਗਾਉਂਦੇ ਟੂ ਗਰੋ, ਉੱਗਦੀਆਂ ਗਰੋ, ਫੀਸਦੀ, ਪਰਸੈਂਟੇਜ, ਰਾਈਟ, ਪਰਸੈਂਟ ਆਊਟ ਆਫ 100, ਰਾਈਟ। ਸੋ ਅਸੀਂ ਪਿਛਲੇ ਪਾਠ ਵਿੱਚ ਵੀ ਇਹ ਸਿੱਖਿਆ ਸੀ। ਪੰਜਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ, ਪੰਜ ਪਲੱਸ ਆਬ, ਪੰਜ ਪਾਣੀ। ਪੰਜਾਬ ਮਤਲਬ ਪੰਜ ਪਾਣੀਆਂ ਦੀ ਧਰਤੀ, ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਹੈ। ਬਹੁਤ ਸਮਾਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਵਗਦੇ ਸਨ। ਉਹਨਾਂ ਦਰਿਆਵਾਂ ਦੇ ਨਾਂ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਸਨ। ਸਾਰੇ ਦਰਿਆ ਉੱਤਰ ਦਿਸ਼ਾ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸ਼ੁਰੂ ਹੁੰਦੇ ਹਨ। 1947 ਵਿੱਚ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਵੰਡ ਨਾਲ ਦੋ ਦਰਿਆ ਚਨਾਬ ਅਤੇ ਜੇਹਲਮ ਪਾਕਿਸਤਾਨ ਦੇ ਪੰਜਾਬ ਵਿੱਚ ਚਲੇ ਗਏ। ਭਾਰਤ ਦੇ ਪੰਜਾਬ ਵਿੱਚ ਹੁਣ ਸਿਰਫ 3 ਦਰਿਆ ਰਾਵੀ, ਬਿਆਸ ਅਤੇ ਸਤਲੁਜ ਹੀ ਵਗਦੇ ਹਨ। ਰਾਵੀ ਦਰਿਆ ਵੀ ਜਿਹੜਾ ਥੋੜ੍ਹਾ ਅੱਗੇ ਜਾ ਕੇ ਪਾਕਿਸਤਾਨ 'ਚ ਚਲਾ ਜਾਂਦਾ ਹੈ। ਸੋ ਸਾਡੇ ਹਿੱਸੇ ਅਬਾਊਟ 2.5 ਦਰਿਆ ਆਉਂਦੇ ਹਨ। ਸੇਮ ਇਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਅਬਾਊਟ 2.5 ਰਿਵਰਸ ਉਹਨਾਂ ਕੋਲ ਹਨ। ਸਤਲੁਜ ਸਭ ਤੋਂ ਲੰਮਾ ਦਰਿਆ ਹੈ, ਇਹ 900 ਮੀਲ ਲੰਮਾ ਹੈ। ਇਸ ਉੱਤੇ ਭਾਖੜਾ ਨੰਗਲ ਡੈਮ ਬਣਿਆ ਹੋਇਆ ਹੈ। ਭਾਖੜਾ ਨੰਗਲ ਡੈਮ ਨਾਲ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਹੈ, ਇਲੈਕਟ੍ਰਿਸਿਟੀ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਹੈ ਉਸ ਡੈਮ 'ਤੇ। ਰਾਵੀ ਦਰਿਆ 450 ਮੀਲ ਲੰਮਾ ਹੈ। ਇਹ ਦਰਿਆ ਪੰਜਾਬ ਵਿੱਚ ਥੋੜ੍ਹੀ ਦੂਰ ਹੀ ਜਾ ਕੇ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ। ਬਿਆਸ ਦਰਿਆ 290 ਮੀਲ ਲੰਮਾ ਹੈ। ਬਿਆਸ ਅੰਮ੍ਰਿਤਸਰ ਵਿੱਚ ਆ ਕੇ ਸਤਲੁਜ ਵਿੱਚ ਮਿਲ ਜਾਂਦਾ ਹੈ। ਇਹ ਦਰਿਆ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾ ਦਿੰਦੇ ਹਨ। ਉਪਜਾਊ ਫਰਟਾਈਲ ਅਸੀਂ ਸਿੱਖਿਆ ਸੀ, ਰਾਈਟ, ਜਿੱਥੇ ਅਤੇ ਉੱਥੇ ਬਹੁਤ ਫਸਲਾਂ ਉੱਗਦੀਆਂ ਹਨ, ਅਤੇ ਉਹ ਜਿਹੜੀ ਫਰਟਾਈਲ ਜਿਹੜੀ ਸੋਇਲ ਹੈਗੀ ਆ, ਉੱਥੇ ਬਹੁਤ ਸਾਰੀਆਂ ਫਸਲਾਂ, ਕ੍ਰੋਪਸ ਬਹੁਤ ਅੱਛੀਆਂ ਹੁੰਦੀਆਂ ਹਨ, ਬਹੁਤ ਚੰਗੀਆਂ ਹੁੰਦੀਆਂ ਹਨ।
ਇਹਨਾਂ ਦਰਿਆਵਾਂ ਨੇ ਪੰਜਾਬ ਨੂੰ ਇੰਡੀਆ ਦੀ ਖਾਣੇ ਦੀ ਟੋਕਰੀ ਬਣਾ ਦਿੱਤਾ ਹੈ। ਬ੍ਰੈਡ ਬਾਸਕਟ ਕਿਹਾ ਜਾਂਦਾ ਹੈ ਪੰਜਾਬ ਨੂੰ ਇੰਡੀਆ ਵਾਸਤੇ। ਪੰਜਾਬ ਦੇ ਕਿਸਾਨ ਸਾਰੇ ਭਾਰਤ ਲਈ 66% ਦਾਣਿਆਂ ਦੇ ਵਿੱਚ ਕੀ ਹੈ, ਕਣਕ, ਮੱਕੀ, ਚੌਲ, ਦਾਲਾਂ ਉਗਾਉਂਦੇ ਹਨ। ਸਿਰਫ ਦਾਣੇ ਹੀ ਨਹੀਂ, ਪੰਜਾਬ ਵਿੱਚ ਬਹੁਤ ਫਲ ਵੀ ਉਗਾਉਂਦੇ ਹਨ, ਜਿਵੇਂ ਸੰਤਰੇ, ਅਨਾਰ, ਸੇਬ, ਆੜੂ, ਅੰਜੀਰਾਂ, ਸ਼ਹਿਤੂਤ, ਖੁਰਮਾਨੀਆਂ, ਜਾਮਣ, ਆਲੂ ਬੁਖਾਰੇ, ਅੰਬ, ਅੰਗੂਰ, ਨਾਖਾਂ, ਤਰਬੂਜ਼, ਖਰਬੂਜੇ, ਲੀਚੀਆਂ, ਬਦਾਮ ਅਤੇ ਨਿੰਬੂ। ਇਹ ਹੀ ਨਹੀਂ, ਬਹੁਤ ਸਬਜ਼ੀਆਂ ਜਿਵੇਂ ਆਲੂ, ਮਟਰ, ਗਾਜਰਾਂ, ਖੀਰੇ, ਸ਼ਲਗਮ, ਪਾਲਕ, ਸਰ੍ਹੋਂ ਅਤੇ ਗੰਢੇ ਵੀ ਉਗਾਉਂਦੇ ਹਨ। ਨਾਲੇ ਕਿਸਾਨ ਗੰਨੇ ਅਤੇ ਕਪਾਹ ਵੀ ਉਗਾਉਂਦੇ ਹਨ। ਇਹ ਸਭ ਫਸਲਾਂ ਉਗਾਉਣ ਲਈ ਦਰਿਆਵਾਂ ਦਾ ਪਾਣੀ ਬਹੁਤ ਜ਼ਰੂਰੀ ਹੈ। ਸੋ ਬੱਚਿਓ, ਤੁਹਾਨੂੰ ਪਤਾ ਹੀ ਹੈ ਕਿ ਪਾਣੀ ਤੋਂ ਬਿਨਾਂ ਕੁਛ ਨਹੀਂ ਹੁੰਦਾ, ਰਾਈਟ? ਸੋ ਪਾਣੀ ਸਾਡੇ ਲਈ ਵੀ ਜ਼ਰੂਰੀ ਹੈ, ਅਤੇ ਪਾਣੀ ਜਿਹੜੀਆਂ ਕਰੋਪਸ ਹੈਗੀਆਂ, ਕੋਈ ਫਰੂਟਸ ਹੈਗੇ ਆ, ਕੁਛ ਵੀ ਹੈਗਾ, ਕੋਈ ਵੀ ਪਲਾਂਟ ਹੈਗਾ, ਉਹਦੇ ਲਈ ਪਾਣੀ ਜ਼ਰੂਰੀ ਹੈ। ਜੇ ਥੋੜ੍ਹੇ ਦਿਨ ਅਸੀਂ ਕਿਸੇ ਪਲਾਂਟ ਨੂੰ, ਜਿਹੜੇ ਕਿ ਅਸੀਂ ਘਰ ਵਿੱਚ ਉਗਾਏ ਹੁੰਦੇ ਹਨ, ਉਹਨਾਂ ਨੂੰ ਪਾਣੀ ਨਾ ਦੇਈਏ, ਤਾਂ ਸਾਡੇ ਪਲਾਂਟ ਜਿਹੜੇ ਆ ਡਰਾਈ ਆਊਟ ਹੋ ਜਾਂਦੇ ਆ, ਮਰ ਜਾਂਦੇ ਆ, ਠੀਕ ਹੈ? ਸੋ ਇਸ ਕਰਕੇ ਪਾਣੀ, ਸਾਨੂੰ ਪਤਾ ਸਾਡੇ ਜੀਵਨ ਲਈ ਅਤੇ ਸਾਰੀਆਂ ਫਸਲਾਂ ਲਈ ਪਾਣੀ ਕਿੰਨਾ ਜ਼ਰੂਰੀ ਹੈ। ਸੋ ਪੰਜਾਬ ਇਹਨਾਂ ਦਰਿਆਵਾਂ ਕਰਕੇ ਹੀ, ਪੰਜਾਬ ਦੇ ਦਰਿਆਵਾਂ ਕਰਕੇ ਹੀ ਪੰਜਾਬ ਜਿਹੜਾ ਹੈ ਉਹ ਬ੍ਰੈਡ ਬਾਸਕਟ ਹੈ ਪੂਰੇ ਸਾਡੇ ਦੇਸ਼ ਲਈ, ਭਾਰਤ ਲਈ, ਠੀਕ ਹੈ ਜੀ? ਸੋ ਅੱਜ ਅਸੀਂ ਬੜਾ ਸੋਹਣਾ, ਜਿਹੜੀ ਬੜੀ ਸੋਹਣੀ ਇਨਫੋਰਮੇਸ਼ਨ ਲਈ ਹੈ ਇਸ ਪਾਠ ਦੇ ਵਿੱਚੋਂ। ਅਤੇ ਇਹ ਤੁਸੀਂ ਦੇਖ ਰਹੇ ਹੋ, ਇਹ ਫਲਾਂ ਦੇ ਜਿਹੜੇ ਇੱਥੇ ਨਾਮ ਲਿਖੇ ਹੋਏ ਪੰਜਾਬੀ ਵਿੱਚ ਅਤੇ ਇੰਗਲਿਸ਼ ਵਿੱਚ, ਅਤੇ ਤੁਸੀਂ ਇਹਨਾਂ ਨੂੰ ਇੱਥੋਂ ਹੋਰ ਵੀ ਜਿਹੜੇ ਜਿਸ ਤਰ੍ਹਾਂ ਕਪਾਹ, ਕੋਟਨ, ਰਾਈਟ, ਇੱਥੇ ਗੰਨਾ, ਸਰ੍ਹੋਂ, ਇਹ ਸਰ੍ਹੋਂ ਦਾ ਬੂਟਾ ਹੈ, ਲੀਚੀ, ਰਾਈਟ, ਨਾਖ, ਆਲੂ ਬੁਖਾਰਾ, ਰਾਈਟ, ਪਲਮਸ ਜਿਹੜੇ ਇੱਥੇ ਵੀ ਕਾਫੀ ਹੁੰਦੇ ਨੇ, ਜਾਮਣ, ਠੀਕ ਹੈ ਜੀ, ਸ਼ਹਿਤੂਤ, ਜਾਮਣ ਇੱਥੇ ਬਹੁਤ, ਮੇਰਾ ਖਿਆਲ ਨਹੀਂ ਹੁੰਦਾ, ਮੈਂ ਕਦੀ ਦੇਖਿਆ ਨਹੀਂ, ਸ਼ਹਿਤੂਤ, ਮਲਬਰੀਸ, ਰਾਈਟ, ਅੰਜੀਰ, ਫਿਗਸ ਇੱਥੇ ਹੁੰਦੇ ਨੇ, ਇੱਥੇ ਵੀ ਹੁੰਦੇ ਨੇ, ਮਤਲਬ ਅਨਾਰ, ਪੋਮੀਗ੍ਰੇਨੇਟ, ਰਾਈਟ। ਸੋ ਇਹ ਸਾਰੇ ਫਲ ਨੇ, ਅਤੇ ਹੋਰ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਦਰਿਆਵਾਂ ਕਰਕੇ ਪੰਜਾਬ ਦੀ ਧਰਤੀ ਉਗਾ ਸਕਦੀ ਹੈ, ਪੰਜਾਬ ਦੇ ਕਿਸਾਨ ਉਗਾਉਂਦੇ ਨੇ। ਅਤੇ ਬੱਚੋ, ਤੁਸੀਂ ਸ਼ਾਇਦ ਅੱਜ ਕੱਲ੍ਹ ਖਬਰਾਂ ਦੇਖਦੇ ਹੋਵੋਗੇ ਕਿ ਦਿੱਲੀ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਹੈਗੇ ਆ, ਪੂਰੇ ਭਾਰਤ ਦੇ ਕਿਸਾਨ ਹੁਣ ਉਹਨਾਂ ਦੇ ਨਾਲ ਆ ਗਏ ਆ, ਅਤੇ ਉਹ ਆਪਣੇ ਰਾਈਟਸ ਵਾਸਤੇ ਆਪਣਾ ਪ੍ਰੋਟੈਸਟ ਕਰ ਰਹੇ ਆ। ਜੇ ਤੁਸੀਂ ਨਹੀਂ ਦੇਖਿਆ, ਤੁਸੀਂ ਜ਼ਰੂਰ ਦੇਖਣਾ, ਤੁਹਾਨੂੰ ਬਹੁਤ ਦੇਖ ਕੇ ਕਈ ਵਾਰੀ ਦੁੱਖ ਵੀ ਲੱਗੂਗਾ ਅਤੇ ਮਾਣ ਵੀ ਮਹਿਸੂਸ ਹੋਊਗਾ ਕਿ ਸਾਡੇ ਜਿਹੜੇ ਕਿਸਾਨ ਹੈਗੇ, ਪੰਜਾਬ ਦੇ ਕਿਸਾਨ, ਉਹ ਆਪਣੇ ਰਾਈਟਸ ਵਾਸਤੇ ਕਿਸ ਤਰ੍ਹਾਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ। ਅਤੇ ਜਿਸ ਵੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਸਪੋਰਟ ਤੁਹਾਡੇ ਮਾਪੇ ਕਰ ਸਕਦੇ ਨੇ ਜਾਂ ਤੁਹਾਡੇ ਦੋਸਤ, ਉਹਨਾਂ ਤੱਕ ਵੀ ਇਹ ਖਬਰ ਉਹਨਾਂ ਨਾਲ ਵੀ ਸਾਂਝੀ ਕਰੋ, ਅਤੇ ਤੁਸੀਂ ਅਤੇ ਆਪਾਂ ਸਾਰੇ ਆਪਣੇ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਸਪੋਰਟ ਕਰੀਏ, ਤਾਂ ਜੋ ਸਾਰੀਆਂ ਚੀਜ਼ਾਂ ਸੋਹਣੀ ਤਰ੍ਹਾਂ ਉਗਾ ਸਕਣ, ਅਤੇ ਜਿਹੜੇ ਦੇਸ਼ ਵਾਸਤੇ ਬ੍ਰੈਡ ਬਾਸਕਟ ਹੈਗਾ ਪੰਜਾਬ, ਉਹ ਇਸੇ ਤਰ੍ਹਾਂ ਬਣਿਆ ਰਹੇ, ਅਤੇ ਕਿਸਾਨਾਂ ਦਾ ਵੀ ਉਹਦੇ ਵਿੱਚ ਫਾਇਦਾ ਹੋਵੇ, ਕਿਸਾਨ ਖੁਸ਼ਹਾਲ ਹੋਣ, ਪ੍ਰੋਸਪਰ ਹੋਣ ਉਹ ਵੀ।
ਹਰ ਪਾਠ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਅਸੀਂ ਵੋਕੈਬਲਰੀ ਸਿੱਖਦੇ ਹਾਂ, ਜਿਹੜੇ ਕਿ ਔਖੇ ਸ਼ਬਦ ਹੁੰਦੇ ਹਨ, ਉਹਨਾਂ ਨੂੰ ਸਿੱਖ ਕੇ ਅਸੀਂ ਫਿਰ ਪਾਠ ਨੂੰ ਅੱਛੀ ਤਰ੍ਹਾਂ ਸਮਝਣ ਦੇ ਯੋਗ ਹੋ ਜਾਂਦੇ ਹਾਂ ਅਤੇ ਉਹ ਅਸੀਂ ਪਹਿਲਾਂ ਕਰਕੇ ਆਉਂਦੇ ਹਾਂ। ਉਸ ਤੋਂ ਬਾਅਦ ਜਦੋਂ ਅਸੀਂ ਪਾਠ ਪੜ੍ਹ ਲੈਂਦੇ ਹਾਂ ਫਿਰ ਅਸੀਂ ਦੇਖਦੇ ਹਾਂ ਕਿ ਉਸ ਵਿੱਚ ਕਿਸ ਤਰ੍ਹਾਂ ਦੀ ਗ੍ਰੈਮਰ ਦੀ ਵਰਤੋਂ ਕੀਤੀ ਗਈ ਹੈ। ਸੋ ਇਸ ਵਿੱਚ ਗ੍ਰੈਮਰ ਪੁਆਇੰਟ 1 ਜਿਹੜਾ ਹੈ ਉਹ ਵਾਕਾਂ ਬਾਰੇ ਹੈ, ਸੈਂਟੈਂਸਿਸ, ਰਾਈਟ, ਸਿੰਪਲ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸਿਸ। ਸੋ ਉਹ ਤੁਸੀਂ ਇਹਦੇ ਵਿੱਚ ਦੇਖੋਗੇ, ਤੁਸੀਂ ਤਿੰਨ ਤਰ੍ਹਾਂ ਦੇ ਇਹਦੇ ਵਿੱਚ ਸੈਂਟੈਂਸਿਸ ਦੇਖ ਸਕਦੇ ਹੋ ਅਤੇ ਇਹ ਸੈਂਟੈਂਸ ਸਿੰਪਲ ਤੋਂ ਕੰਪਾਊਂਡ ਅਤੇ ਕੰਪਾਊਂਡ ਤੋਂ ਕੰਪਲੈਕਸ ਸੈਂਟੈਂਸਿਸ ਕਿਸ ਤਰ੍ਹਾਂ ਬਣਦੇ ਨੇ ਉਹ ਵੀ ਤੁਸੀਂ ਇਹਦੇ ਵਿੱਚ ਦੇਖੋਗੇ। ਇਹ ਹੈਗਾ, ਇਹ ਅਨਾਰ ਹੈ, ਇਹ ਅਨਾਰ ਅਤੇ ਅੰਬ ਹੈ। ਸੋ ਇਹਨੂੰ ਅੰਬ ਅਤੇ ਅੰਡਰਲਾਈਨ ਕੀਤਾ ਗਿਆ, ਅਨਾਰ ਅਤੇ ਅੰਬ ਨੂੰ ਇਹ ਜੋੜਦਾ ਹੈ, ਜਿਹੜਾ ਇਹ ਹੈਗਾ ਕੰਜੰਕਟਿਵ। ਸੋ ਇਸ ਕਰਕੇ ਇਹ ਕੰਪਾਊਂਡ ਸੈਂਟੈਂਸ ਬਣ ਜਾਂਦਾ ਹੈ। ਇਹਦੇ ਵਿੱਚ ਇੱਕ ਹੀ ਸਬਜੈਕਟ ਨੇ, ਦੋ ਸਬਜੈਕਟ ਨਾਮ ਆ ਗਏ, ਠੀਕ। ਸੋ ਅੱਗੇ ਤੁਹਾਡੇ ਕੋਲ ਹੈਗਾ ਕੰਪਲੈਕਸ ਸੈਂਟੈਂਸ। ਇਹੀ ਸੈਂਟੈਂਸ ਕਿਵੇਂ ਕੰਪਲੈਕਸ ਸੈਂਟੈਂਸ ਬਣੇਗਾ, ਜਦੋਂ ਤੁਸੀਂ ਇੱਕ ਹੋਰ ਸ਼ਬਦ ਇਹਦੇ ਵਿੱਚ ਐਡ ਕਰ ਦਿੰਦੇ ਹੋ। ਅਨਾਰ ਅਤੇ ਅੰਬ ਦੋਵੇਂ ਮਿੱਠੇ ਫਲ ਹਨ, ਇਟ ਟੈਲਸ ਮੋਰ ਅਬਾਊਟ ਅੰਬ ਅਤੇ ਅਨਾਰ, ਠੀਕ। ਸੋ ਇਹ ਦੋਵੇਂ ਸ਼ਬਦ ਜਿਹੜਾ ਹੈਗਾ ਇਹਨਾਂ ਨੂੰ ਜੋੜ ਦਿੰਦਾ, ਇਹਨਾਂ ਦੋਵਾਂ ਸ਼ਬਦਾਂ ਬਾਰੇ ਗੱਲਦਾ ਕਰਦਾ, ਇਹਨਾਂ ਦੋਵਾਂ ਨੂੰ ਹੋਰ ਐਕਸਪਲੇਨ ਕਰਦਾ। ਇਸ ਕਰਕੇ ਇਹ ਜਿਹੜਾ ਕੰਪਲੈਕਸ ਸੈਂਟੈਂਸ ਬਣ ਜਾਂਦਾ, ਅਨਾਰ ਅਤੇ ਅੰਬ ਦੋਵੇਂ ਮਿੱਠੇ ਫਲ ਹਨ। ਇਹ ਕਾਂ ਹੈ, ਇਹ ਕਾਂ ਅਤੇ ਚਿੜੀ ਹੈ, ਕਾਂ ਅਤੇ ਚਿੜੀ ਦੋਵੇਂ ਪੰਛੀ ਹਨ, ਰਾਈਟ। ਸੋ ਇਹ ਦੋਵੇਂ ਇਹਨਾਂ ਨੂੰ ਕਾਂ ਅਤੇ ਚਿੜੀ ਦੋਨਾਂ ਬਾਰੇ ਦੱਸਦਾ, ਹੋਰ ਕਿ ਬੋਥ ਆਰ ਬਰਡਸ, ਰਾਈਟ। ਸੋ ਪੰਛੀ ਹਨ। ਇਹ ਮੇਰੀ ਕਿਤਾਬ ਹੈ, ਇਹ ਮੇਰੀ ਕਿਤਾਬ ਅਤੇ ਪੈਨਸਲ ਹੈ, ਕਿਤਾਬ ਅਤੇ ਪੈਨਸਲ ਦੋਵੇਂ ਹੀ ਮੇਰੀਆਂ ਹਨ, ਬੋਥ ਆਰ ਮਾਈਂਡ, ਰਾਈਟ। ਸੋ ਇਹ ਦੋਨਾਂ ਦੀ ਗੱਲ ਕੀਤੀ ਹੈ। ਸੋ ਇਸ ਕਰਕੇ ਇਹ ਜਿਹੜਾ ਦੋਵੇਂ ਇੱਥੇ ਅੰਡਰਲਾਈਨ ਭਾਵੇਂ ਨਹੀਂ ਕੀਤਾ ਪਰ ਤੁਹਾਨੂੰ ਪਤਾ ਇਹਦੇ ਕਰਕੇ ਹੀ ਇਹ ਕੰਪਲੈਕਸ ਸੈਂਟੈਂਸ ਬਣਿਆ, ਠੀਕ ਹੈ। ਸੋ ਹੁਣ ਤੁਸੀਂ ਦੇਖ ਲਿਆ, ਤੁਸੀਂ ਇੱਥੇ ਪੜ੍ਹ ਸਕਦੇ ਹੋ ਕਿ ਇੱਕ ਇਹਦੇ ਵਿੱਚ ਪਹਿਲੇ 'ਚ ਇੱਕ ਸਬਜੈਕਟ ਸੀ, ਇਹਦੇ ਵਿੱਚ ਦੋ ਸਨ ਅਤੇ ਇਹਦੇ ਵਿੱਚ ਦੋ ਸਬਜੈਕਟ ਬਾਰੇ ਹੋਰ ਦੱਸਿਆ ਗਿਆ ਸੀ, ਠੀਕ ਹੈ। ਉਹਨਾਂ ਦੀ ਕੁਆਲਿਟੀ ਦੱਸੀ ਗਈ ਸੀ, ਉਹਨਾਂ ਬਾਰੇ ਯੂਨੋ ਮੋਰ ਡਿਟੇਲ ਸੀਗੀਆਂ। ਸੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕਿਵੇਂ ਤੁਸੀਂ ਸਿੰਪਲ ਤੋਂ ਕੰਪਾਊਂਡ, ਕੰਪਾਊਂਡ ਤੋਂ ਕੰਪਲੈਕਸ ਸੈਂਟੈਂਸਿਸ ਬਣਾ ਸਕਦੇ ਹੋ, ਠੀਕ। ਸੋ ਗ੍ਰੈਮਰ ਪੁਆਇੰਟ 2, ਵੀ ਕੈਨ ਆਲਸੋ ਯੂਜ਼ ਦਾ ਵਰਡਸ ਪਰ ਦੈਟ ਮੀਨਸ ਬਟ ਟੂ ਮੇਕ ਕੰਪਲੈਕਸ ਸੈਂਟੈਂਸਿਸ, ਰਾਈਟ। ਇੱਥੇ ਅਸੀਂ ਵਰਤਿਆ ਸੀ ਕੰਜੰਕਟਿਵ ਅਤੇ ਜਿਹੜਾ ਦੋ ਜਿਹੜੇ ਨਾਊਨਸ ਹੈਗੇ ਉਹਨਾਂ ਨੂੰ ਜੋੜਦਾ ਸੀ, ਅਤੇ ਇੱਥੇ ਅਸੀਂ ਵਰਤ ਰਹੇ ਹਾਂ ਅੱਗੇ ਜਾ ਕੇ ਪਰ, ਠੀਕ। ਸੋ ਇਹ ਅਨਾਰ ਹੈ, ਸੇਮ ਸਿੰਪਲ ਸੈਂਟੈਂਸ। ਇਹ ਅਨਾਰ ਅਤੇ ਅੰਬ ਹੈ, ਸੇਮ ਕੰਪਾਊਂਡ ਸੈਂਟੈਂਸ। ਅਨਾਰ ਖੱਟਾ ਹੈ ਪਰ ਅੰਬ ਮਿੱਠਾ ਹੈ, ਸੋ ਦੇਰ ਇਜ਼ ਅ ਕੰਪੈਰੀਜ਼ਨ, ਰਾਈਟ। ਸੋ ਇਹ ਜਿਹੜਾ ਅਨਾਰ ਖੱਟਾ ਹੈ, ਅਨਾਰ ਜਿਹੜਾ ਪੋਮੀਗ੍ਰੇਨੇਟ ਇਜ਼ ਸਾਵਰ ਐਂਡ ਅੰਬ ਇਜ਼ ਸਵੀਟ। ਸੋ ਤੁਸੀਂ ਪਰ ਅਨਾਰ ਖੱਟਾ ਹੈ ਪਰ ਅੰਬ ਮਿੱਠਾ ਹੈ, ਸੋ ਇਹਨੇ ਪਰ ਨੇ ਇਹਨਾਂ ਦੋਵਾਂ ਬਾਰੇ ਕੰਪੈਰੀਜ਼ਨ ਕਰ ਦਿੱਤਾ। ਅਨਾਰ ਲਾਲ ਹੈ ਪਰ ਅੰਬ ਪੀਲਾ ਹੈ, ਅਨਦਰ ਕੰਪੈਰੀਜ਼ਨ, ਰਾਈਟ। ਸੋ ਇਹ ਸ਼ਬਦ ਜਿਹੜਾ ਪਰ ਅਸੀਂ ਬਟ ਇੰਗਲਿਸ਼ ਦੇ ਵਿੱਚ ਜਿਹੜਾ ਹੁੰਦਾ, ਸੋ ਅਸੀਂ ਉਹਦੇ ਨਾਲ ਇਹਨੂੰ ਕੰਪਲੈਕਸ ਸੈਂਟੈਂਸ ਬਣਾਇਆ। ਇਹ ਕਾਂ ਹੈ, ਇਹ ਕਾਂ ਅਤੇ ਚਿੜੀ ਹੈ, ਕਾਂ ਕਾਲਾ ਹੈ ਪਰ ਚਿੜੀ ਭੂਰੀ ਹੈ,
ਕਾਂ ਵੱਡਾ ਹੈ ਪਰ ਚਿੜੀ ਛੋਟੀ ਹੈ। ਸੋ ਕੰਪੈਰੀਜ਼ਨ ਇਹਦੇ ਵਿੱਚ ਆ ਗਿਆ। ਔਰ ਇਹ ਪਰ ਜਿਹੜਾ ਵਰਡ ਹੈ ਇਹਦੇ ਨਾਲ ਤੁਸੀਂ ਦੱਸ ਰਹੇ ਹੋ ਕਾਂ ਬਾਰੇ ਹੋਰ ਡਿਟੇਲ, ਚਿੜੀ ਬਾਰੇ ਹੋਰ ਡਿਟੇਲ, ਅਤੇ ਇਹਨਾਂ ਦਾ ਕੰਪੈਰੀਜ਼ਨ ਕਰ ਰਹੇ ਹੋ। ਕਾਂ ਵੱਡਾ ਹੈ ਪਰ ਚਿੜੀ ਛੋਟੀ ਹੈ। ਗ੍ਰੈਮਰ ਪੁਆਇੰਟ 3, ਵੀ ਕੈਨ ਆਲਸੋ ਯੂਜ ਦਾ ਵਰਡਸ ਭਾਵੇਂ, ਦੈਟ ਮੀਨਸ ਆਲਦੋ, ਟੂ ਮੇਕ ਕੰਪਲੈਕਸ ਸੈਂਟੈਂਸਿਸ। ਫਿਰ ਸਿੰਪਲ ਸੈਂਟੈਂਸ ਸੇਮ ਐਸ ਬਿਫੋਰ, ਇਹ ਅਨਾਰ ਹੈ, ਇਹ ਅਨਾਰ ਅਤੇ ਅੰਬ ਹੈ, ਕੰਪਲੈਕਸ ਸੈਂਟੈਂਸ ਹੋ ਗਿਆ। ਭਾਵੇਂ ਅਨਾਰ ਅਤੇ ਅੰਬ ਦੋਵੇਂ ਫਲ ਹਨ ਪਰ ਮੈਨੂੰ ਅੰਬ ਜ਼ਿਆਦਾ ਪਸੰਦ ਹੈ। ਸੋ ਦੈਨ ਯੂ ਆਰ ਟਾਕਿੰਗ ਅਬਾਊਟ ਦੀਜ਼ ਟੂ, ਬਟ ਅਗੇਨ ਯੂ ਅਨਦਰ ਡਿਟੇਲ, ਪਰ ਮੈਨੂੰ ਅੰਬ ਜ਼ਿਆਦਾ ਪਸੰਦ ਹੈ। ਰਾਈਟ, ਸੋ ਇਹ ਕੰਪਲੈਕਸ ਸੈਂਟੈਂਸ ਇੱਥੇ ਆ ਗਿਆ। ਇਹ ਕਾਂ ਹੈ, ਇਹ ਕਾਂ ਅਤੇ ਚਿੜੀ ਹੈ। ਭਾਵੇਂ ਕਾਂ ਅਤੇ ਚਿੜੀ ਦੋਵੇਂ ਪੰਛੀ ਹਨ ਪਰ ਕਾਂ ਵੱਡਾ ਹੈ ਅਤੇ ਚਿੜੀ ਛੋਟੀ ਹੈ। ਇੱਥੇ ਅਸੀਂ ਅਤੇ ਵੀ ਵਰਤ ਸਕਦੇ ਹਾਂ, ਪਰ ਕਾਂ ਵੱਡਾ ਹੈ ਪਰ ਚਿੜੀ ਛੋਟੀ ਹੈ। ਇਸ ਥਾਂ 'ਤੇ ਅਸੀਂ ਕਹਿ ਸਕਦੇ ਹਾਂ ਪਰ ਕਾਂ ਵੱਡਾ ਹੈ ਅਤੇ ਚਿੜੀ ਛੋਟੀ ਹੈ। ਠੀਕ, ਸੋ ਗ੍ਰੈਮਰ ਪੁਆਇੰਟ 2, ਐਕਚੁਅਲੀ ਗ੍ਰੈਮਰ ਪੁਆਇੰਟ 3 ਇੱਥੇ ਹੋ ਚੁੱਕਿਆ, ਇੱਥੇ 4 ਹੋਣਾ ਚਾਹੀਦਾ ਸੀ। ਸੋ ਰਾਈਟਿੰਗ ਕੁਐਸਚਨਸ ਫੋਰ ਆਨਸਰਸ, ਯੂਜੁਅਲੀ ਯੂ ਆਰ ਗਿਵਨ ਕੁਐਸਚਨਸ ਟੂ ਰਾਈਟ ਆਨਸਰਸ, ਸੋ ਹੇਅਰ ਯੂ ਆਰ ਗਿਵਨ ਆਨਸਰਸ ਟੂ ਰਾਈਟ ਕੁਐਸਚਨਸ, ਰਾਈਟ? ਬਟ ਇਟਸ ਇੰਪੋਰਟੈਂਟ ਟੂ ਲਰਨ ਟੂ ਆਸਕ ਕੁਐਸਚਨਸ ਟੂ, ਰਾਈਟ? ਸੋ ਇਫ ਯੂ ਨੀਡ ਟੂ ਨੋ ਸਮਥਿੰਗ, ਯੂ ਨੀਡ ਟੂ ਆਸਕ ਕੁਐਸਚਨ, ਤੁਹਾਨੂੰ ਪ੍ਰਸ਼ਨ ਪੁੱਛਣਾ ਪੈਂਦਾ ਹੈ। ਸੋ ਉਹ ਤੁਹਾਨੂੰ ਆਉਣਾ ਚਾਹੀਦਾ ਹੈ ਕਿ ਤੁਸੀਂ ਪ੍ਰਸ਼ਨ ਕਿਸੇ ਨੂੰ ਕਿਵੇਂ ਪੁੱਛੋਗੇ, ਕਿ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਨੀ ਹੈ, ਤੁਸੀਂ ਉਹਨੂੰ ਕਿਸੇ ਨੂੰ ਦੋਸਤ ਬਣਾਉਣਾ ਹੈ, ਤੁਸੀਂ ਪਹਿਲਾਂ ਉਹਦਾ ਨਾਮ ਪੁੱਛੋਗੇ, ਰਾਈਟ? ਫਿਰ ਉਹਦੀ ਕਲਾਸ ਬਾਰੇ ਪੁੱਛੋਗੇ, ਫਿਰ ਉਹਦੇ ਲਾਈਕਸ ਡਿਸਲਾਈਕਸ ਬਾਰੇ ਪੁੱਛੋਗੇ, ਅਤੇ ਇਸ ਤਰ੍ਹਾਂ ਕਰਕੇ ਤੁਹਾਨੂੰ ਕੁਐਸਚਨ ਆਉਣੇ ਚਾਹੀਦੇ ਹਨ, ਹੈ ਨਾ? ਸੋ ਵੈਨ ਯੂ ਨੀਡ, ਵੈਨ ਯੂ ਰੀਡ ਅ ਸੈਂਟੈਂਸ, ਇਟ ਗਿਵਸ ਯੂ ਸਮ ਇਨਫੋਰਮੇਸ਼ਨ, ਯੂ ਕੈਨ ਥਿੰਕ ਅਬਾਊਟ ਅ ਕੁਐਸਚਨ, ਇਟ ਆਨਸਰਸ, ਰਾਈਟ? ਲੈਟਸ ਪ੍ਰੈਕਟਿਸ ਰਾਈਟਿੰਗ ਕੁਐਸਚਨਸ ਫੋਰ ਸਮ ਆਨਸਰਸ। ਦ ਕੁਐਸਚਨ ਵਰਡ ਇਜ਼ ਗਿਵਨ ਇਨ ਦ ਮਿਡਲ ਕੋਲਮ। ਸੋ ਇਹ ਕੁਐਸਚਨ ਵਰਡਸ ਹੈਗੇ ਆ। ਸੋ ਜਦੋਂ ਤੁਸੀਂ ਕਿਸੇ ਨੂੰ ਕੁਛ ਪੁੱਛਣਾ ਹੁੰਦਾ, ਤੁਹਾਡੇ ਕੋਲ ਇੱਕ ਕੁਐਸਚਨ ਵਰਡ ਹੋਣਾ ਚਾਹੀਦਾ। ਸੋ ਤੁਸੀਂ ਉਹ ਪੁੱਛੋਗੇ, ਐਂਡ ਕਿਹੜਾ ਕੁਐਸਚਨ ਵਰਡ ਤੁਸੀਂ ਕਿਸੇ ਇਨਫੋਰਮੇਸ਼ਨ ਲਈ ਵਰਤ ਸਕਦੇ ਹੋ, ਯੂਜ਼ ਕਰ ਸਕਦੇ ਹੋ, ਉਹ ਤੁਸੀਂ ਦੇਖੋਗੇ। ਬਿਆਸ ਦਰਿਆ ਅੰਮ੍ਰਿਤਸਰ ਵਿੱਚ ਆ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ। ਸੋ ਅਸੀਂ ਦਰਿਆਵਾਂ ਬਾਰੇ ਗੱਲ ਕੀਤੀ ਸੀ, ਜਿਹੜੇ ਪੰਜਾਬ ਦੇ ਦਰਿਆ ਹਨ, ਭਾਰਤ ਵਾਲੇ ਪੰਜਾਬ ਦੇ ਦਰਿਆ ਹਨ, ਉਹ ਹਨ ਬਿਆਸ, ਸਤਲੁਜ, ਰਾਈਟ, ਅਤੇ ਰਾਵੀ ਦਰਿਆ। ਸੋ ਬਿਆਸ ਦਰਿਆ ਅਸੀਂ ਕਿਹਾ ਸੀਗਾ ਕਿ ਇਹ ਇਹਨਾਂ ਤਿੰਨਾਂ ਦਰਿਆਵਾਂ ਵਿੱਚੋਂ ਛੋਟਾ ਹੈ। ਆਪਾਂ ਦੇਖਿਆ ਬਿਆਸ ਦਰਿਆ ਅੰਮ੍ਰਿਤਸਰ ਵਿੱਚ ਆ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ। ਸੋ ਫਿਰ ਇੱਥੇ ਬਿਆਸ ਦਰਿਆ ਸਤਲੁਜ ਵਿੱਚ ਕਿੱਥੇ ਆ ਕੇ ਮਿਲਦਾ ਹੈ? ਸੋ ਕਿੱਥੇ, ਵੇਅਰ, ਵੇਅਰ ਦਿਸ, ਯੂ ਨੋ, ਮੀਟਸ ਵਿਦ ਸਤਲੁਜ, ਰਾਈਟ? ਸੋ ਤੁਸੀਂ ਇਹ ਵਰਡ ਜਿਹੜਾ ਸੀ ਕੁਐਸਚਨ ਵਰਡ, ਕਿੱਥੇ ਇੱਥੇ ਤੁਸੀਂ ਵਰਤਿਆ, ਅਤੇ ਕੁਐਸਚਨ ਇਹਦੇ ਨਾਲ ਬਣਿਆ ਤੁਹਾਡਾ। ਪੰਜਾਬ ਸ਼ਬਦ ਦਾ ਮਤਲਬ ਹੈ ਪੰਜ ਪਾਣੀਆਂ ਦੀ ਧਰਤੀ। ਸੋ ਤੁਸੀਂ ਕੀ ਪੁੱਛੋਗੇ ਫਿਰ ਇਹਦੇ ਵਿੱਚ ਕਿ ਪੰਜਾਬ ਸ਼ਬਦ ਦਾ ਮਤਲਬ ਕੀ ਹੈ, ਰਾਈਟ? ਸਾਰੇ ਦਰਿਆ ਉੱਤਰ ਦਿਸ਼ਾ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸ਼ੁਰੂ ਹੁੰਦੇ ਹਨ। ਸੋ ਜਦੋਂ ਤੁਸੀਂ ਕਿਸੇ ਪਲੇਸ ਬਾਰੇ ਗੱਲ ਕਰਦੇ ਹਾਂ ਤਾਂ ਤੁਸੀਂ ਫਿਰ ਓਬਵੀਅਸ ਹੈਗਾ ਕਿ ਤੁਸੀਂ ਗੱਲ ਕਰੋਗੇ ਕਿ ਵੇਅਰ, ਰਾਈਟ? ਵੇਅਰ ਔਰ ਫਰੋਮ ਵੇਅਰ, ਰਾਈਟ? ਸੋ ਤੁਸੀਂ ਇਸ ਤਰ੍ਹਾਂ ਦਾ ਸ਼ਬਦ
ਤੁਹਾਨੂੰ ਚਾਹੀਦਾ ਹੋਏਗਾ। ਸੋ ਇਹਦੇ ਨਾਲ ਤੁਸੀਂ ਕੁਐਸਚਨ ਬਣਾਓਗੇ। ਪੰਜ ਦਰਿਆਵਾਂ ਦੇ ਨਾਂ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਸਨ, ਰਾਈਟ? ਸੋ ਸਨ ਔਰ ਹਨ, ਦੇ ਆਰ ਸਟਿਲ ਦੇਅਰ, ਪਰ ਸਾਡੇ ਕੋਲ ਹੁਣ ਪੰਜ ਦਰਿਆ ਨਹੀਂ, ਸਾਡੇ ਕੋਲ ਤਿੰਨ ਦਰਿਆ ਜੋ ਸਾਡੇ ਜਿਹੜੇ ਪੂਰਬੀ ਪੰਜਾਬ ਵਿੱਚ ਵਗਦੇ ਨੇ, ਈਸਟਰਨ ਪੰਜਾਬ ਵਿੱਚ ਇਜ਼ ਇਨ ਇੰਡੀਆ, ਰਾਈਟ? ਸੋ ਰਾਵੀ ਦਰਿਆ ਪੰਜਾਬ ਵਿੱਚ ਥੋੜ੍ਹੀ ਦੂਰ ਜਾ ਕੇ ਹੀ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ। ਸੋ ਅਸੀਂ ਪੁੱਛਾਂਗੇ, ਸੋ ਜਦੋਂ ਇੱਕ ਦਰਿਆ ਬਾਰੇ ਗੱਲ ਕਰਦੇ ਹਾਂ ਤਾਂ ਵਿੱਚ ਆਫ ਦੋਜ਼ ਫਾਈਵ ਰਿਵਰਸ, ਰਾਈਟ? ਸੋ ਅਸੀਂ ਉਹਦੀ ਗੱਲ ਕਰਾਂਗੇ। ਸੋ ਜਾਂ ਜਿਹੜੇ ਤਿੰਨ ਭਾਰਤ ਦੇ ਪਾਸੇ ਦਰਿਆ ਹਨ, ਉਹਨਾਂ ਵਿੱਚੋਂ ਕਿਹੜਾ ਦਰਿਆ ਜਾ ਕੇ ਪਾਕਿਸਤਾਨ ਵਿੱਚ ਮਿਲਦਾ ਹੈ, ਠੀਕ ਹੈ? ਸੋ ਇਸ ਤਰ੍ਹਾਂ ਕਰਕੇ ਤੁਹਾਡੇ ਕੋਲ ਇਹਦੇ ਵਿੱਚ ਗ੍ਰੈਮਰ ਦਾ ਇੱਕ ਤਾਂ ਬੜੀ ਸੋਹਣੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਇਸ ਪਾਠ ਦੇ ਵਿੱਚ, ਕਿ ਤੁਸੀਂ ਆਪਣੇ ਪੰਜਾਬ ਦੇ ਦਰਿਆਵਾਂ ਬਾਰੇ ਜਾਣ ਸਕੇ ਹੋ, ਅਤੇ ਪੰਜਾਬ ਦੇ ਦਰਿਆਵਾਂ ਦਾ ਕੀ ਫਾਇਦਾ ਹੈ, ਵਟ ਇਜ਼ ਦਾ ਐਡਵਾਂਟੇਜ ਆਫ ਦੀਜ ਯੂ ਨੋ ਰਿਵਰਸ, ਰਾਈਟ? ਸੋ ਦੇ ਮੇਕ ਅਵਰ ਪੰਜਾਬ ਲੈਂਡ ਜਿਹੜੀ ਸੋਇਲ ਫਰਟਾਈਲ, ਅਤੇ ਉੱਥੇ ਸਾਰੇ ਅਸੀਂ ਹਰ ਤਰ੍ਹਾਂ ਦਾ ਜਿਹੜਾ ਅਨਾਜ ਉਗਾ ਸਕਦੇ ਹਾਂ, ਫਲ ਉਗਾ ਸਕਦੇ ਹਾਂ, ਕਈ ਸਾਰੇ ਨਟਸ ਜਿਹੜੇ ਅਸੀਂ ਉੱਥੇ ਉਗਾਉਂਦੇ ਹਾਂ। ਸੋ ਇਹ ਸਾਰਾ ਤੁਸੀਂ ਸਿੱਖ ਕੇ, ਅਤੇ ਉਹਦੇ ਨਾਲ ਨਾਲ ਤੁਸੀਂ ਹੋਰ ਜਿਹੜੀਆਂ ਗ੍ਰੈਮਰ ਦੇ ਸਟਰਕਚਰ ਸਿੱਖੇ ਨੇ, ਕੋਨਸੈਪਟਸ ਨਵੇਂ ਸਿੱਖੇ ਨੇ, ਕੁਝ ਤੁਹਾਨੂੰ ਪਹਿਲਾਂ ਵੀ ਤੁਸੀਂ ਸਿੱਖਦੇ ਆ ਰਹੇ ਹੋ, ਅਤੇ ਉਹਨਾਂ ਦੀ ਰਿਵੀਜ਼ਨ ਵੀ ਹੋ ਸਕਦਾ ਇਹਦੇ ਵਿੱਚ ਹੁੰਦੀ ਹੈ, ਅਤੇ ਤੁਸੀਂ ਉਸ ਤੋਂ ਇਲਾਵਾ ਤੁਸੀਂ ਜਿਹੜਾ ਇਹਦੇ ਬਾਰੇ ਐਕਸਰਸਾਈਜ਼ ਹੁੰਦੀਆਂ ਤੁਹਾਡੀਆਂ, ਤੁਸੀਂ ਜਿਹੜੀਆਂ ਐਕਸਰਸਾਈਜ਼ ਕਰਨੀਆਂ ਹੁੰਦੀਆਂ, ਉਹ ਇਹਦੇ ਵਿੱਚ ਕਾਫੀ ਕੁਝ ਤੁਹਾਡੇ ਸਿੱਖਣ ਲਈ ਹੁੰਦਾ, ਠੀਕ ਹੈ ਜੀ? ਸੋ ਹੁਣ ਅਸੀਂ ਪੰਜਾਬ ਦੇ ਦਰਿਆ, ਉਹਨਾਂ ਦੇ ਜਿਹੜੇ ਕੁਐਸਚਨ ਹੈਗੇ ਨੇ, ਉਹਨਾਂ ਬਾਰੇ ਅਸੀਂ ਪਾਠ ਪੜ੍ਹ ਕੇ, ਜਿਹੜਾ ਪਹਿਲਾਂ ਅਸੀਂ ਪੰਜਾਬ ਬਾਰੇ ਇੱਕ ਲੇਖ ਪੜ੍ਹਿਆ, ਉਹਦੇ ਵਿੱਚੋਂ ਅਸੀਂ ਇਹਨਾਂ ਸ਼ਬਦਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖਣੇ ਹਨ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਉੱਤਰ ਲਿਖਣ ਲਈ ਪ੍ਰਸ਼ਨਾਂ ਦੇ ਵਿੱਚ ਹੇਠਾਂ ਲਕੀਰ ਵਾਲੇ ਸ਼ਬਦ ਵਰਤੋ। ਪੰਜਾਬ ਸ਼ਬਦ ਦਾ ਕੀ ਮਤਲਬ ਹੈ, ਰਾਈਟ? ਸੋ ਤੁਸੀਂ ਦੱਸਣਾ ਪੰਜਾਬ ਸ਼ਬਦ ਦਾ ਕੀ ਮਤਲਬ ਹੈ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਦੱਸ ਦਿੰਦੀ, ਪੰਜਾਬ ਸ਼ਬਦ ਦਾ ਮਤਲਬ ਹੈ ਪੰਜ ਪਾਣੀ, ਰਾਈਟ? ਪੰਜਾਬ ਸ਼ਬਦ ਦਾ ਕੀ ਮਤਲਬ ਹੈ, ਪੰਜ ਪਾਣੀ ਔਰ ਪੰਜ ਪਾਣੀਆਂ ਦੀ ਧਰਤੀ। ਸੋ ਭਾਖੜਾ ਨੰਗਲ ਡੈਮ ਕਿਸ ਦਰਿਆ 'ਤੇ ਬਣਿਆ ਹੈ? ਸੋ ਦਰਿਆ, ਯੂ ਨੋ ਦੈਟ ਰਿਵਰ, ਵੀ ਆਰ ਟਾਕਿੰਗ ਅਬਾਊਟ ਦਾ ਰਿਵਰਸ ਇਨ ਦਿਸ ਲੈਸਨ, ਰਾਈਟ? ਪੰਜਾਬ ਦੇ ਦਰਿਆ, ਰਿਵਰਸ ਆਫ ਪੰਜਾਬ, ਅਤੇ ਭਾਖੜਾ ਨੰਗਲ ਡੈਮ ਕਿਸ ਦਰਿਆ ਦੇ ਉੱਤੇ ਬਣਿਆ ਹੈ, ਰਾਈਟ? ਸੋ ਆਈ ਵਿਲ ਗਿਵ ਯੂ ਅ ਕਲੂ, ਸਭ ਤੋਂ ਲੰਬਾ ਜਿਹੜਾ ਦਰਿਆ ਹੈ ਉਹ, ਅਤੇ ਉਹਨੂੰ ਤੁਸੀਂ ਆਪੇ ਉਹਦਾ ਨਾਮ ਲੱਭ ਕੇ ਲਿਖਣਾ ਹੈ। ਅੰਮ੍ਰਿਤਸਰ ਵਿੱਚ ਕਿਹੜਾ ਦਰਿਆ ਆਉਂਦਾ ਹੈ? ਤੁਸੀਂ ਪਾਠ ਪੜ੍ਹੋਗੇ ਦੁਬਾਰਾ, ਅਤੇ ਤੁਸੀਂ ਉਹਦੇ ਵਿੱਚੋਂ ਆਂਸਰ ਲੱਭ ਕੇ ਲਿਖੋਗੇ। ਕਿਹੜੇ ਦੋ ਦਰਿਆ ਹੁਣ ਪਾਕਿਸਤਾਨ ਵਿੱਚ ਹਨ? ਅਸੀਂ ਪੰਜ ਦਰਿਆਵਾਂ ਦੀ ਗੱਲ ਕੀਤੀ, ਉਦੋਂ ਪੰਜਾਬ ਬਿਫੋਰ ਪਾਰਟੀਸ਼ਨ 1947 ਪੰਜਾਬ, ਵੱਡਾ ਪੰਜਾਬ ਇੱਕ ਹੁੰਦਾ ਸੀ, ਗ੍ਰੇਟਰ ਪੰਜਾਬ, ਰਾਈਟ? ਸੋ ਹੁਣ ਜਦੋਂ 1947 ਦੇ ਵਿੱਚ ਪੰਜਾਬ ਡਿਵਾਈਡ ਹੋ ਗਿਆ, ਸੋ ਦੋ ਪੰਜਾਬ ਬਣ ਗਏ, ਅਤੇ ਪਾਕਿਸਤਾਨ ਵਾਲਾ ਪੰਜਾਬ ਜਿਹੜਾ ਹੈ ਉਹ ਪੱਛਮੀ ਪੰਜਾਬ, ਅਤੇ ਹਿੰਦੁਸਤਾਨ ਵਾਲਾ ਪੰਜਾਬ, ਭਾਰਤ ਵਾਲਾ ਪੰਜਾਬ, ਈਸਟਰਨ ਪੰਜਾਬ, ਪੂਰਬੀ ਪੰਜਾਬ। ਅਤੇ ਹੁਣ ਸਾਡੇ ਕੋਲ ਜਿਹੜੇ ਦਰਿਆ ਹਨ ਪੰਜਾਬ ਦੇ ਵਿੱਚ, ਕਿਹੜੇ ਦਰਿਆ ਅਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਹੜੇ ਦਰਿਆ ਹੈਗੇ ਨੇ, ਉਹ ਤੁਸੀਂ ਇੱਥੇ ਉਹਨਾਂ ਦੋ ਦਰਿਆਵਾਂ ਦੇ ਨਾਂ ਲਿਖਣੇ ਨੇ। ਪੰਜਾਬ ਵਿੱਚ ਵਗਦੇ ਦਰਿਆ ਪੰਜਾਬ ਦੀ ਧਰਤੀ ਦੀ ਕਿਵੇਂ ਮਦਦ ਕਰਦੇ ਹਨ, ਠੀਕ ਹੈ? ਇਹ ਜਿਹੜੇ ਦਰਿਆ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਧਰਤੀ ਆ ਸਾਡੀ
ਅਰਥ ਹੈਗੀ ਆ, ਧਰਤੀ ਦੀ ਮਿੱਟੀ ਹੈਗੀ ਆ, ਸੋਇਲ, ਉਹਨੂੰ ਕਿਸ ਤਰ੍ਹਾਂ ਫਰਟਾਈਲ ਬਣਾਉਂਦੇ ਆ, ਕਿਸ ਤਰ੍ਹਾਂ ਉਹਨੂੰ ਉਪਜਾਊ ਬਣਾਉਂਦੇ ਆ, ਤੁਸੀਂ ਉਹ ਗੱਲ ਕਰੋਗੇ ਇੱਥੇ। ਪੰਜਾਬ ਦੇ ਦਰਿਆਵਾਂ ਬਾਰੇ ਕੋਈ ਦੋ ਸੱਚਾਈਆਂ ਲਿਖੋ, ਕੋਈ ਟੂ ਫੈਕਟਸ, ਰਾਈਟ। ਤੁਸੀਂ ਪੰਜਾਬ ਦੇ ਕਿਹੜੇ ਕਿਹੜੇ ਦਰਿਆ ਹਨ, ਉਹਨਾਂ ਵਿੱਚ ਕਿਹੜਾ ਲੰਬਾ ਦਰਿਆ ਹੈ, ਰਾਈਟ। ਉਹਦੇ ਉੱਤੇ ਕੁਛ ਜੇ ਖਾਸ ਉਹਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਬਣਾਉਣ ਵਾਸਤੇ ਜਾਂ ਕਿਸ ਤਰ੍ਹਾਂ, ਤੇ ਤੁਸੀਂ ਉਦਾਂ ਦੀਆਂ ਸੱਚਾਈਆਂ ਫੈਕਟਸ ਲਿਖ ਸਕਦੇ ਹੋ। ਪੰਜਾਬ ਦੇ ਕਿਸਾਨ ਖੇਤਾਂ ਵਿੱਚ ਕਿਹੜੇ ਫਲ ਅਤੇ ਫਸਲਾਂ ਉਗਾਉਂਦੇ ਹਨ? ਸੋ ਅਸੀਂ ਇਹ ਪਿੱਛੇ ਅਸੀਂ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹਾਂ ਕਿ ਕਿੰਨੇ ਕਿਹੜੀਆਂ ਫਸਲਾਂ ਉਗਾਉਂਦੇ ਆ, ਕਿਹੜੇ ਫਲ ਉਗਾਉਂਦੇ ਆ। ਸੋ ਬਹੁਤ ਸਾਰਾ ਕੁਛ ਪੰਜਾਬ ਦੇ ਵਿੱਚ, ਤਾਂ ਹੀ ਕਰਕੇ ਪੰਜਾਬ ਨੂੰ ਬ੍ਰੈਡ ਬਾਸਕਿਟ ਆਫ ਇੰਡੀਆ ਕਿਹਾ ਜਾਂਦਾ ਹੈ। ਸੋ ਤੁਸੀਂ ਉੱਥੋਂ ਬਹੁਤ ਸੋਹਣੀ ਤਰ੍ਹਾਂ ਬਹੁਤ ਸਾਰੀਆਂ ਜਿਹੜੇ ਸ਼ਬਦ ਹੈਗੇ ਆ ਉਹ ਚੁਣ ਸਕਦੇ ਆ, ਉਹਨਾਂ ਬਾਰੇ ਲਿਖ ਸਕਦੇ ਹੋ ਇੱਥੇ। ਅੱਗੇ ਇਹ ਗ੍ਰੈਮਰ ਦਾ ਹੀ ਪਾਰਟ ਹੈ। ਇੱਕ ਵਚਨ ਅਤੇ ਬਹੁ ਵਚਨ ਨਾਮ ਹੇਠ ਲਿਖੇ, ਇੱਕ ਵਚਨ ਨਾਵਾਂ ਦੇ ਬਹੁ ਵਚਨ ਨਾਮ ਲਿਖੋ। ਇੱਕ ਵਚਨ ਯੂ ਨੋ ਸਿੰਗੂਲਰ ਨਾਉਨ, ਰਾਈਟ। ਬਹੁ ਵਚਨ ਪਲੂਰਲ ਨਾਉਨਸ, ਤੁਹਾਨੂੰ ਪਤਾ ਹੈ ਇਹ, ਹੁਣ ਤੱਕ ਤੁਸੀਂ ਕਰਦੇ ਆ ਰਹੇ ਹੋ ਪਿੱਛੇ ਐਕਸਰਸਾਈਜ਼ਸ, ਰਾਈਟ, ਪਿਛਲੀਆਂ ਕਲਾਸਾਂ ਵਿੱਚ। ਅਤੇ ਇਹ ਜਿਹੜੇ ਸ਼ਬਦ ਹੈਗੇ ਆ ਉਹਨਾਂ ਦੇ ਤੁਸੀਂ ਜਿਹੜੇ ਪਲੂਰਲ ਬਹੁ ਵਚਨ ਨਾਮ, ਪਲੂਰਲ ਨਾਉਨਸ ਇੱਥੇ ਲਿਖਣੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗੰਨਾ, ਗੰਨਾ ਇਜ਼ ਐਂਡਿੰਗ ਇਨ ਕੰਨਾ, ਰਾਈਟ। ਸੋ ਗੰਨਾ, ਐਂਡ ਵੈਨ ਨਾਉਨ ਇਜ਼ ਐਂਡਿੰਗ ਇਨ ਕੰਨਾ, ਇਟ ਗੋਜ਼ ਫੋਰ ਲਾ, ਰਾਈਟ। ਵੀ ਵਿਲ ਕੱਟ ਦਿਸ ਕੰਨਾ ਐਂਡ ਚੇਂਜ ਇਨ ਟੂ ਲਾ ਫੋਰ ਗੰਨੇ ਟੂ ਮੇਕ ਇਟ ਪਲੂਰਲ। ਸੋ ਰੈਸਟ ਯੂ ਵਿਲ ਫਿਗਰ ਆਊਟ ਹਾਊ ਟੂ ਡੂ ਇਟ ਬਿਕੋਜ਼ ਯੂ ਨੋ ਦੈਮ। ਸੋ ਤੁਸੀਂ ਸਿੱਖੇ ਹੋਏ ਨੇ ਪਹਿਲਾਂ, ਠੀਕ ਹੈ ਜੀ। ਸੋ ਘਰ ਦਾ ਕੰਮ, ਘਰ ਦਾ ਕੰਮ ਤੁਹਾਡਾ ਜਿਹੜਾ ਹੈ ਉਹ ਪੰਜਾਬ ਦੇ ਦਰਿਆਵਾਂ ਬਾਰੇ, ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ। ਤੁਸੀਂ ਇਹਦੇ ਵਿੱਚੋਂ ਪ੍ਰਸ਼ਨਾਂ ਦੇ ਠੀਕ ਉੱਤਰ ਚੁਣਨੇ ਹਨ। ਪੰਜਾਬ ਵਿੱਚ ਕਿਹੜੇ ਤਿੰਨ ਦਰਿਆ ਵਗਦੇ ਹਨ? ਯੂ ਹੈਵ ਥ੍ਰੀ ਚੋਇਸਿਸ, ਥ੍ਰੀ ਆਪਸ਼ਨਸ ਹੀਅਰ। ਸੋ ਤੁਸੀਂ ਇਹ ਤਿੰਨ ਜਿਹੜੇ ਤੁਹਾਡੇ ਕੋਲ ਦਿੱਤੇ ਹੋਏ ਨੇ ਆਂਸਰਸ, ਉਹਨਾਂ ਵਿੱਚੋਂ ਤੁਸੀਂ ਦੇਖੋਗੇ ਕਿ ਕਿਹੜਾ ਆਂਸਰ ਸਹੀ ਹੈ, ਠੀਕ ਹੈ। ਪੰਜਾਬ ਵਿੱਚ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਵਗਦੇ ਹਨ। ਪੰਜਾਬ ਵਿੱਚ ਰਾਵੀ, ਬਿਆਸ ਅਤੇ ਸਤਲੁਜ ਵਗਦੇ ਹਨ। ਪੰਜਾਬ ਵਿੱਚ ਜੇਹਲਮ, ਰਾਵੀ, ਬਿਆਸ ਅਤੇ ਸਤਲੁਜ ਵਗਦੇ ਹਨ। ਸੋ ਕਿਹੜੇ ਤਿੰਨ ਦਰਿਆ ਵਗਦੇ ਹਨ? ਸੋ ਇਟਸ ਅ ਗੁੱਡ ਕਲੂ ਇਹਦੇ ਵਿੱਚ, ਅਤੇ ਤੁਸੀਂ ਉਹ ਕਰ ਲਿਖੋਗੇ ਇੱਥੇ, ਠੀਕ ਹੈ, ਚੁਣੋਗੇ। 1947 ਵਿੱਚ ਕੀ ਹੋਇਆ ਸੀ? 1947 ਵਿੱਚ ਕੀ ਹੋਇਆ ਸੀ? ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਔਰ 1947 ਵਿੱਚ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਾਂ ਫਿਰ 1947 ਵਿੱਚ ਪੰਜਾਬ ਵਿੱਚ ਤਿੰਨ ਦਰਿਆ ਬਣਾਏ ਗਏ ਸਨ, ਹੈ ਨਾ। ਸੋ ਤੁਸੀਂ ਇਹਦੇ ਵਿੱਚ ਆਂਸਰ ਸਹੀ ਵਾਲਾ ਚੁਣੋਗੇ ਅਤੇ ਲਿਖੋਗੇ। ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ, ਠੀਕ ਹੈ। ਸੋ ਤੁਸੀਂ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਲੇਖ ਪੜ੍ਹ ਕੇ ਉਹਦੇ ਵਿੱਚ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਲੇਖ ਪੜ੍ਹ ਕੇ ਜਾਂ ਇਹਨੂੰ ਦੁਬਾਰਾ ਵੀਡੀਓ ਰਿਕਾਰਡਿੰਗ ਨੂੰ ਸੁਣ ਕੇ ਤੁਸੀਂ ਜਿਹੜਾ ਕਿ ਆਂਸਰ ਇੱਥੇ ਦੇ ਸਕਦੇ ਹੋ। ਫਿਰ ਅਗਲਾ ਜਿਹੜਾ ਹੈਗਾ ਕੁਸ਼ਚਨ ਉਹ ਇਹ ਹੈ, ਹੇਠਾਂ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ, ਫਿਰ ਠੀਕ ਵਾਕ ਲਾਈਨਾਂ 'ਤੇ ਲਿਖੋ। ਸੋ ਤੁਸੀਂ ਪਹਿਲਾਂ ਤੁਹਾਡੇ ਕੋਲ ਦੋ ਹਿੱਸਿਆਂ ਵਿੱਚ ਇਹ ਜਿਹੜਾ ਹੈਗਾ ਤੁਹਾਡਾ ਕੁਸ਼ਚਨ ਆ, ਸਤਲੁਜ ਸਭ ਤੋਂ ਲੰਮਾ ਦਰਿਆ ਹੈ, ਅਤੇ ਉਹਦੇ ਬਾਰੇ ਹੋਰ ਡਿਟੇਲ ਜਿਹੜੀ ਆ ਉਹ ਤੁਸੀਂ ਇਹਦੇ ਵਿੱਚੋਂ
ਦੇਖੋਗੇ ਇਹਨਾਂ ਵਿੱਚੋਂ। ਠੀਕ, ਸੋ ਫਿਰ ਤੁਸੀਂ ਉਸ ਕੰਪਲੀਟ ਜਿਹੜਾ ਸੈਂਟੈਂਸ ਹੋਏਗਾ ਉਹਨੂੰ ਤੁਸੀਂ ਇੱਥੇ ਲਿਖੋਗੇ। ਠੀਕ ਜੀ, ਪੰਜ ਕੁਐਸਚਨਸ ਬਣ ਜਾਂਦੇ ਨੇ ਤੁਹਾਡੇ ਲਈ। ਸੋ ਇਹਨਾਂ ਨੂੰ ਫਿਰ ਬਿਆਸ ਦਰਿਆ, ਬਿਆਸ ਦਰਿਆ ਬਾਰੇ ਕੀ ਤੁਹਾਨੂੰ ਹੋਰ ਇਹਦੇ ਵਿੱਚੋਂ ਲੱਗੇਗਾ ਕਿ ਜਿਹੜਾ ਬਿਆਸ ਦਰਿਆ ਵਿੱਚ ਦੇ ਲਈ ਸਹੀ ਹੈ ਉਹ ਤੁਸੀਂ ਲਿਖੋਗੇ। ਠੀਕ ਹੈ, ਪਹਿਲਾਂ ਚੁਣੋਗੇ, ਤੁਸੀਂ ਪੜ੍ਹ ਕੇ ਦੇਖਣਾ ਸਾਰਿਆਂ ਨਾਲ ਸਤਲੁਜ ਸਭ ਤੋਂ ਲੰਮਾ ਦਰਿਆ ਹੈ। ਸੋ ਇਹਦੇ ਵਿੱਚ ਦੇਖੋਗੇ ਫਿਰ ਬਹੁਤ ਉਪਜਾਊ ਬਣਾ ਦਿੰਦੇ ਹਨ, ਪੰਜ ਪਾਣੀਆਂ ਦੀ ਧਰਤੀ, ਇਸ ਉੱਤੇ ਭਾਖੜਾ ਨੰਗਲ ਡੈਮ ਬਣਿਆ ਹੋਇਆ ਹੈ। ਅਸੀਂ ਲੰਮੇ ਦਰਿਆ ਦੀ ਗੱਲ ਕੀਤੀ ਸੀ ਤੇ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਏਗਾ। ਅੰਮ੍ਰਿਤਸਰ ਵਿੱਚ ਆ ਕੇ ਸਤਲੁਜ ਵਿੱਚ ਮਿਲ ਜਾਂਦਾ ਹੈ ਕਿਉਂਕਿ ਅਸੀਂ ਸਤਲੁਜ ਦਰਿਆ ਦੀ ਗੱਲ ਕਰਦੇ ਹਾਂ, ਤੇ ਇਹ ਆਂਸਰ ਤਾਂ ਬਿਲਕੁਲ ਨਹੀਂ ਰਾਈਟ। ਪੰਜ ਦਰਿਆ ਵਗਦੇ ਹਨ, ਅਸੀਂ ਇੱਕ ਦਰਿਆ ਬਾਰੇ ਹੋਰ ਸਿੱਖਣਾ ਹੈ, ਤੇ ਤੁਸੀਂ ਇਹਦੇ ਵਿੱਚੋਂ ਆਂਸਰ ਲੱਭੋਗੇ। ਬਹੁਤ ਸਮਾਂ ਪਹਿਲਾਂ ਪੰਜਾਬ ਵਿੱਚ ਕੀ ਹੁੰਦਾ ਸੀ, ਅਸੀਂ ਦਰਿਆਵਾਂ ਦੀ ਗੱਲ ਕਰਦੇ ਹਾਂ, ਕਲੂ ਹੈਗਾ ਤੁਹਾਡੇ ਕੋਲ। ਸੋ ਇਹ ਦਰਿਆ ਪੰਜਾਬ ਦੀ ਧਰਤੀ ਨੂੰ ਕੀ ਕਰ ਦਿੰਦੇ ਨੇ, ਅਸੀਂ ਕੀਤਾ ਸੀ ਕਿ ਫਰਟਾਈਲ ਬਣਾਉਂਦੇ ਆ ਰਾਈਟ। ਸੋ ਤੁਸੀਂ ਹੁਣ ਦੇਖੋਗੇ ਕਿ ਕਿਹੜਾ ਆਂਸਰ ਹੈਗਾ। ਪੰਜਾਬ ਮਤਲਬ ਪੰਜ ਆਬ, ਮਤਲਬ ਪੰਜ ਪਾਣੀ ਰਾਈਟ। ਸੋ ਉਹ ਵੀ ਤੁਹਾਡੇ ਕੋਲ ਗੁੱਡ ਕਲੂ ਹੈਗਾ। ਸੋ ਪੰਜਾਬ ਦੇ ਨਾਂ ਤੋਂ ਹੀ ਪਤਾ ਚੱਲ ਜਾਂਦਾ ਹੈ। ਸੋ ਤੁਸੀਂ ਇਹਨਾਂ ਨੂੰ ਪਹਿਲਾਂ ਆਂਸਰ ਸਹੀ ਲੱਭ ਕੇ ਫਿਰ ਪੂਰੇ ਇੱਥੇ ਇਹਨਾਂ ਲਾਈਨਾਂ ਦੇ ਉੱਤੇ ਕੰਪਲੀਟ ਆਂਸਰ ਇਹਦਾ ਲਿਖੋਗੇ। ਠੀਕ ਜੀ, ਸੋ ਇਸ ਲੈਸਨ ਦੇ ਵਿੱਚ ਅਸੀਂ ਬਹੁਤ ਸੋਹਣਾ ਕੁਛ ਸਿੱਖਿਆ ਆਪਣੇ ਪੰਜਾਬ ਦੇ। ਪਹਿਲਾਂ ਅਸੀਂ ਸਿੱਖ ਕੇ ਆਏ ਹਾਂ, ਉਸ ਤੋਂ ਬਾਅਦ ਅਸੀਂ ਪੰਜਾਬ ਦੇ ਦਰਿਆਵਾਂ ਬਾਰੇ ਸਿੱਖਿਆ, ਪੰਜਾਬ ਦੇ ਦਰਿਆਵਾਂ ਬਾਰੇ ਸਿੱਖ ਕੇ ਅਤੇ ਨਾਲ ਹੋਰ ਬੜੀਆਂ ਚੰਗੀਆਂ ਗੱਲਾਂ ਗ੍ਰਾਮਰ ਦੀਆਂ ਸਿੱਖੀਆਂ। ਜਿਹੜਾ ਕਿ ਤੁਹਾਡਾ ਕੁਛ ਤੁਸੀਂ ਪਹਿਲਾਂ ਸਿੱਖਿਆ ਹੁੰਦਾ ਉਹਦਾ ਰਿਵੀਜ਼ਨ ਹੁੰਦਾ, ਕੁਛ ਨਵੇਂ ਪੁਆਇੰਟਸ ਹੁੰਦੇ ਆ। ਸੋ ਤੁਸੀਂ ਇਹਨਾਂ ਨੂੰ ਕਰਕੇ ਤਾਂ ਜੋ ਤੁਸੀਂ ਆਪਣੇ ਸੋਹਣੇ ਲੇਖ ਲਿਖ ਸਕੋ, ਸੋਹਣੇ ਕੁਐਸਚਨਸ ਦੇ ਆਂਸਰਸ ਲਿਖ ਸਕੋ। ਹੁਣ ਤੁਸੀਂ ਖਾਲਸਾ ਸਕੂਲ ਦੇ 6ਵੇਂ ਲੈਵਲ ਵਿੱਚ ਹੈਗੇ ਹੋ। ਸੋ ਤੁਸੀਂ ਇਹ ਨਾ ਭੁੱਲਣਾ ਕਿ ਤੁਸੀਂ ਆਪਣੀ ਰਵਾਨਗੀ ਜਿਹੜੀ ਆ, ਰੀਡਿੰਗ ਫਲੂਐਂਸੀ ਜਿਹੜੀ ਆ ਤੁਹਾਡੀ, ਉਹ ਤੁਸੀਂ ਚੈੱਕ ਕਰਦੇ ਜਾਣਾ ਹਰ ਵਾਰੀ ਰੀਡਿੰਗ ਕਰਕੇ। ਨੋਟ ਕਰਨਾ ਹੈ ਕਿ ਤੁਸੀਂ ਕਿੰਨੇ ਸ਼ਬਦ ਹੁਣ ਇੱਕ ਮਿੰਟ ਵਿੱਚ ਪੜ੍ਹ ਸਕਦੇ ਹੋ, ਉਹਨੂੰ ਬਿਲਕੁਲ ਨਾ ਭੁੱਲਣਾ। ਠੀਕ ਹੈ ਜੀ, ਸੋ ਅਸੀਂ ਹੁਣ ਇੱਥੇ ਹੀ ਬੰਦ ਕਰਦੇ ਹਾਂ ਅਤੇ ਅਗਲੇ ਲੈਸਨ ਲਈ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।